ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾਕਟਰ ਐਸ ਪੀ ਸਿੰਘ ਓਬਰਾਏ ਦੇ ਉਪਰਾਲੇ ਸਦਕਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪੁਰਾਣਾ ਰਾਜਪੁਰਾ ਦੇ ਲੰਗਰ ਹਾਲ ਵਿਖੇ ਟਰੱਸਟ ਦੇ ਮੈਂਬਰ ਅਮਰਜੀਤ ਸਿੰਘ ਪੰਨੂ ਦੀ ਅਗਵਾਈ ਵਿੱਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨ ਦੇ ਚੈੱਕ ਵੰਡਣ ਲਈ ਵਿਸ਼ੇਸ਼ ਤੌਰ ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਪਹੁੰਚੇ ਜਿਨ੍ਹਾਂ ਨੇ ਰਾਜਪੁਰਾ ਦੇ ਵੱਖ ਵੱਖ ਲੋੜਵੰਦ 40 ਪਰਿਵਾਰਾਂ ਨੂੰ 21,550 ਰੁਪਏ ਦੇ ਚੈੱਕ ਵੰਡੇ ਨੇ। ਇਸ ਮੌਕੇ ਜੀ ਪੀ ਸਿੰਘ, ਭੁਪਿੰਦਰ ਕਪੂਰ, ਸੰਜੇ ਚਾਵਲਾ, ਰਾਜੇਸ਼ ਡਾਰਾ, ਅਮਰਜੀਤ ਸਿੰਘ ਪੰਨੂ, ਹਰਵਿੰਦਰ ਸਿੰਘ ਹਾਜ਼ਰ ਸਨ। ਸਰਬੱਤ ਭਲਾ ਟਰੱਸਟ ਬਹੁਤ ਅਲੱਗ ਅਲੱਗ ਜਗ੍ਹਾ 'ਤੇ ਸੇਵਾ ਦੇ ਕੰਮ ਕਰਦਾ। ਇੱਥੇ ਵੀ ਉਹਨਾਂ ਨੇ ਇਹ ਜਿਹੜੀਆਂ ਪੈਨਸ਼ਨਾਂ ਨੇ, ਡਿਸੇਬਲ ਨੇ, ਗਰੀਬ ਨੇ, ਅੱਤ ਗਰੀਬ ਨੇ ਜਿਹੜੇ, ਉਹਨਾਂ ਵਾਸਤੇ ਲਾਈਆਂ ਨੇ। ਅਤੇ ਮੈਂ ਸਮਝਦਾ ਇਹ ਬਹੁਤ ਅੱਛਾ ਕੰਮ ਆ ਅਤੇ ਹਰ ਮਹੀਨੇ ਮੈਨੂੰ ਵੀ ਆਉਣ ਦਾ ਮੌਕਾ ਮਿਲ ਜਾਂਦਾ। ਜੀ ਪੀ ਸਿੰਘ ਜੀ ਨੇ, ਪੰਨੂ ਸਾਹਿਬ ਨੇ, ਸਾਰੇ ਸਾਨੂੰ ਪ੍ਰੇਮ ਕਰਦੇ ਆ, ਬੁਲਾ ਲੈਂਦੇ ਆ। ਅਤੇ ਮੈਂ ਸਮਝਦਾ ਇਹ ਬਹੁਤ ਅੱਛਾ ਉਪਰਾਲਾ ਹੈਗਾ ਔਰ ਇਸ ਤਰ੍ਹਾਂ ਦੇ ਸੇਵਾ ਦੇ ਕੰਮ ਚੱਲਦੇ ਰਹਿਣੇ ਚਾਹੀਦੇ।